ਜਿੱਥੇ ਜਲੰਧਰ ਚ ਕਾਂਗਰਸੀ ਵਰਕਰ ਹਥਿਆਰਾਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਨਿਕਲੇ ਨੇ ਪੈਟਰੋਲ ਡੀਜ਼ਲ ਦੀ ਵਧਰੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ਚ ਯੂਥ ਕਾਂਗਰਸ ਦੇ ਵਰਕਰ ਹੱਥਾਂ ਚ ਹਥਿਆਰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਅੰਗਦ ਦੱਤਾ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਲਾਇਸੈਂਸੀ ਹਥਿਆਰ ਨੇ ਆਪਣੀ ਸੁਰੱਖਿਆ ਲਈ ਨਾਲ ਲੈ ਕੇ ਆਏ ਨੇ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਇਹ ਕਾਂਗਰਸੀ ਵਰਕਰ ਹਥਿਆਰਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਪੈਟਰੋਲ ਡੀਜ਼ਲ ਦੀਆਂ ਵਧਰੀਆਂ ਕੀਮਤਾਂ ਨੂੰ ਲੈ ਕੇ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ ਲੇਕਿਨ ਇਸ ਦੌਰਾਨ ਉਹ ਹਥਿਆਰਾਂ ਨਾਲ ਵਿਰੋਧ ਕਰ ਰਹੇ ਨੇ ਅੰਗਦ ਦੱਤਾ ਜੋ ਕਿ ਯੂਥ ਕਾਂਗਰਸ ਦੇ ਵਰਕਰ ਨੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਲਾਇਸੈਂਸ ਹਥਿਆਰ ਕਿਉਂ ਰੱਖੇ ਨੇ ਤੇ ਉਹਨਾਂ ਨੇ ਕਿਹਾ ਕਿ ਇਹ ਲਾਇਸੈਂਸੀ ਹਥਿਆਰ ਨੇ ਤੇ ਆਪਣੀ ਸੁਰੱਖਿਆ ਲਈ ਰੱਖੇ ਹੋਏ ਨੇ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ 300 ਰੁਪਏ ਦਿਹਾੜੀ ਅੱਜ ਦੇ ਟਾਈਮ ਮਿਲ ਰਹੀ ਆ ਸਾਰਿਆਂ ਨੂੰ 50% ਸੈਲਰੀ ਮਿਲਦੀ ਵੀ ਇਹ ਕੋਵਿਡ ਕਰਕੇ ਬੇਰੁਜ਼ਗਾਰੀ ਪੂਰੀ ਟੌਪ 'ਤੇ ਆ ਨੌਕਰੀਆਂ ਹੈ ਨਹੀਂ ਲੋਕਾਂ ਨੂੰ ਕੰਮਾਂ ਕਾਰਾਂ ਤੋਂ ਕੱਢਿਆ ਜਾ ਰਿਹਾ ਕਿੱਥੇ 50% ਤਨਖਾਹ ਦਿੱਤੀ ਜਾ ਰਹੀ ਇੱਦਾਂ ਦੇ ਟਾਈਮ ਦੇ ਵਿੱਚ 100 ਰੁਪਏ ਨੂੰ ਪੈਟਰੋਲ ਬੰਦਾ ਕਿੱਥੋਂ ਪਵਾਊਗਾ ਇਹ ਟਾਈਮ ਹੈ ਸਰਕਾਰ ਨੂੰ ਆਮ ਜਨਤਾ ਨਾਲ ਖੜਨ ਦਾ ਅਤੇ ਆਮ ਜਨਤਾ ਨਾਲ ਇੱਦਾਂ ਹੀ ਖੜਨਗੇ ਕਿ ਜੇ 50 ਰੁਪਏ ਨੂੰ ਆਪਣਾ ਪੈਟਰੋਲ ਦੇਵੇ ਜਿਹੜੇ ਮੋਦੀ ਭਗਤ ਆ ਉਹਨਾਂ ਨੂੰ ਤੁਸੀਂ 150 ਦੇ ਦਿਓ ਅਸੀਂ ਨਹੀਂ ਕਹਿੰਦੇ ਪਰ ਜਿਹੜੀ ਆਮ ਜਨਤਾ ਉਹਨੂੰ 50 ਰੁਪਏ ਦੇ ਹਿਸਾਬ ਨਾਲ ਪੈਟਰੋਲ ਦੇਣਾ ਚਾਹੀਦਾ ਨੌਜਵਾਨ ਕੁਛ ਮੁੰਡਿਆਂ ਨੂੰ ਖਤਰਾ ਉਹਨਾਂ ਨੇ ਆਪਣੇ ਪ੍ਰਾਈਵੇਟ ਸਿਕਿਉਰਟੀਆਂ ਇੱਕ ਕੰਪਨੀ ਥਰੂ ਹਾਇਰ ਕੀਤੀਆਂ ਇਹ ਪ੍ਰੋਫੈਸ਼ਨਲ ਕੰਪਨੀ ਜਿਹੜੇ ਬੰਦੇ ਪ੍ਰੋਵਾਈਡ ਕਰਦੀ ਪ੍ਰੋਫੈਸ਼ਨਲ ਬੰਦੇ ਪ੍ਰੋਵਾਈਡ ਕਰਦੀ ਆ ਉਹਨਾਂ ਵੱਲੋਂ ਹੀ ਇਹ ਸਿਕਿਉਰਟੀਆਂ ਪ੍ਰੋਵਾਈਡ ਕੀਤੀਆਂ ਗਈਆਂ ਅਤੇ ਇਹ ਕੋਈ ਵੀ ਸਾਰੇ ਜਿਹੜੇ ਹਥਿਆਰ ਸੀਗੇ ਲਾਇਸੈਂਸੀ ਹਥਿਆਰ ਆ ਕੋਈ ਵੀ ਨਜਾਇਜ਼ ਹਥਿਆਰ ਨਹੀਂ ਹੈ ਤੇ ਜ਼ਿਆਦਾ ਜਾਣਕਾਰੀ ਦੇਣ ਲਈ ਸੁਨੀਲ ਸਾਡੇ ਸੰਵਾਦਦਾਤਾ ਸਾਡੇ ਨਾਲ ਜੁੜ ਗਏ ਨੇ ਸੁਨੀਲ ਵਿਰੋਧ ਪ੍ਰਦਰਸ਼ਨ ਤੱਕ ਤਾਂ ਠੀਕ ਹੈ ਵਿਰੋਧ ਪ੍ਰਦਰਸ਼ਨ ਕਰਨਾ ਸਭ ਦਾ ਅਧਿਕਾਰ ਹੈ ਲੇਕਿਨ ਹਥਿਆਰਾਂ ਦਾ ਕੰਮ ਕੀ ਹੈ ਹਥਿਆਰਾਂ ਦੀ ਲੋੜ ਕੀ ਪਈ ਪਰਮੀਤ ਬਿਲਕੁਲ ਗੱਲ ਠੀਕ ਹੈ ਕਿ ਜੇ ਦੇਖਿਆ ਜਾਵੇ ਤੇ ਸਾਡੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦਾ ਰਾਜ ਹੈ ਔਰ ਇਹਨਾਂ ਦੇ ਹੀ ਕਾਰਿਆਕਰਤਾ ਕਿ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਤੇ ਲੇਕਿਨ ਦੇਖਣ ਵਾਲੀ ਸਭ ਤੋਂ ਇੱਥੇ ਮੇਜਰ ਗੱਲ ਇਹ ਹੈ ਕਿ ਲੜਕੇ ਜਿਹੜੇ ਕਿ ਸ਼ਰੇਆਮ ਔਰ ਉਹ ਵਾਲੇ ਹਥਿਆਰ ਜਿਹੜੇ ਕਿ ਕਿਸੇ ਵੀ ਅਸੀਂ ਪ੍ਰਦਰਸ਼ਨ ਚ ਲੈ ਕੇ ਜਾਈ ਤੇ ਸ਼ਾਇਦ ਕੋਈ ਚਾਂਸ ਹੋਵੇ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੱਡੀ ਘਟਨਾ ਹੋਣ ਦੇ ਚਾਂਸਿਸ ਨੇ ਪਰਮੀਤ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਹਨਾਂ ਵੱਲ ਅਸੀਂ ਕੈਮਰਾ ਕਰਦੇ ਸੀ ਤੇ ਆਪਣੇ ਆਪ ਨੂੰ ਛੁਪਾਉਂਦੇ ਸੀ ਲੇਕਿਨ ਬਾਅਦ ਵਿੱਚ ਇਹ ਸ਼ਰੇਆਮ ਹੀ ਸਾਹਮਣੇ ਸਾਡੇ ਨਜ਼ਰ ਆਏ ਔਰ ਸਰਕਾਰ ਵੱਲੋਂ ਪੁਲਿਸ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਨਹੀਂ ਔਰ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣਾ ਖਤਰਾ ਹੈ ਔਰ ਉਸਦੇ ਕਰਕੇ ਉਹਨਾਂ ਨੇ ਆਪਣੀ ਪਰਸਨਲ ਸਿਕਿਉਰਿਟੀ ਲੈ ਕੇ ਆਏ ਨੇ ਹਾਂਜੀ ਤੇ ਸੁਨੀਲ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਨਹੀਂ ਦੇਖਿਆ ਗਿਆ ਕਿਸੇ ਨੇ ਰੋਕਿਆ ਨਹੀਂ ਇਹਨਾਂ ਨੂੰ ਉੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਸੀਗਾ ਅਸੀਂ ਉੱਥੇ ਜਦੋਂ ਕਵਰੇਜ ਕਰ ਰਹੇ ਸੀ ਕੋਈ ਪ੍ਰਕਾਰ ਦੀ ਉਹਨਾਂ ਨੇ ਇਹਨਾਂ ਨੂੰ ਰੋਕਿਆ ਨਹੀਂ ਕਿ ਵੀ ਤੁਸੀਂ ਕਾਕਾ ਇਹ ਹਥਿਆਰ ਕਿੱਥੋਂ ਲੈ ਕੇ ਆਏ ਕਿਸ ਤਰ੍ਹਾਂ ਲੈ ਕੇ ਆਏ ਅਦਰਵਾਈਜ਼ ਦੇਖਿਆ ਜਾਏ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵੈਪਨ ਕੋਈ ਸੜਕ ਤੇ ਲੈ ਕੇ ਸ਼ਰੇਆਮ ਘੁੰਮਣਾ ਇਹ ਨਿਗਲ ਹੈ ਮੇਰੇ ਮਤਲਬ ਜੋ ਦੇਖਿਆ ਜਾਏਗਾ ਕਾਨੂੰਨ ਦੇ ਮੁਤਾਬਕ ਪਰਮੀਤ ਹਾਂਜੀ ਤੇ ਸੁਨੀਲ ਤੁਸੀਂ ਗੱਲ ਕੀਤੀ ਹੈ ਕਿਉਂਕਿ ਇਹਨਾਂ ਦਾ ਤਾਂ ਕਹਿਣਾ ਹੈ ਲਾਇਸੈਂਸੀ ਹਥਿਆਰ ਹੈ ਤੁਸੀਂ ਗੱਲ ਕੀਤੀ ਹੈ ਕੀ ਕੁਝ ਕਿਹਾ ਇਹਨਾਂ ਨੇ ਇਹਨਾਂ ਨੇ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਇੱਕੋ ਹੀ ਗੱਲ ਦੇ ਸ਼ਬਦ ਵਰਤੇ ਕਿ ਉਹਨਾਂ ਨੇ ਆਪਣੀ ਪਰਸਨਲ ਸਿਕਿਉਰਿਟੀ ਤੁਸੀਂ ਦੇਖ ਸਕਦੇ ਹੋ ਤੇ ਪਰਸਨਲ ਸਿਕਿਉਰਿਟੀ ਔਰ ਜਦੋਂ ਕਿ ਇਹ ਆਪਣਾ ਹੀ ਪ੍ਰਦਰਸ਼ਨ ਇੱਕ ਕਰਕੇ ਆਏ ਇਹਨਾਂ ਨੂੰ ਕਿਸ ਚੀਜ਼ ਦਾ ਡਰ ਸੀਗਾ ਇਸ ਗੱਲ ਦਾ ਹਜੇ ਪਤਾ ਲੱਗਣਾ ਬਾਕੀ ਹੈ ਪਰਨੀਤ ਬਿਲਕੁਲ ਬਹੁਤ ਬਹੁਤ ਧੰਨਵਾਦ ਸੁਨੀਲ ਤਮਾਮ ਜਾਣਕਾਰੀਆਂ ਦੇਣ ਲਈ ਤੇ ਤੁਸੀਂ ਸੁਣ ਰਹੇ ਹੋ ਯੂਥ ਕਾਂਗਰਸ ਦੇ ਵਰਕਰ ਨੇ ਅੰਗਦ ਦੱਤਾ ਜੋ ਕਹਿ ਰਹੇ ਨੇ ਪਰਸਨਲ ਸਿਕਿਉਰਿਟੀ ਲਈ ਉਹਨਾਂ ਨੇ ਆਪਣੇ ਆਪਣੇ ਹੱਥਾਂ 'ਚ ਇਹ ਹਥਿਆਰ ਰੱਖੇ ਨੇ ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਲੇਕਿਨ ਇਸ ਦੌਰਾਨ ਉਹ ਹਥਿਆਰਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਯੂਥ ਕਾਂਗਰਸ ਦਾ ਪ੍ਰਦਰਸ਼ਨ ਚੱਲ ਰਿਹਾ ਹੈ ਵਿਰੋਧ ਪ੍ਰਦਰਸ਼ਨ ਕਰਨਾ ਸਭ ਦਾ ਅਧਿਕਾਰ ਹੈ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਹੇ ਨੇ ਲੇਕਿਨ ਇਸ ਦੌਰਾਨ ਉਹ ਹਥਿਆਰਾਂ ਨਾਲ ਪ੍ਰਦਰਸ਼ਨ ਕਰ ਰਹੇ ਨੇ ਜੋ ਕਿ ਸਹੀ ਗੱਲ ਨਹੀਂ ਹੈ ਤੇ ਜਦੋਂ ਇਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਹਥਿਆਰ ਕਿਉਂ ਰੱਖੇ ਨੇ ਤੇ ਇਹਨਾਂ ਨੇ ਕਿਹਾ ਕਿ ਪਰਸਨਲ ਸਿਕਿਉਰਿਟੀ ਲਈ ਇਹ ਹਥਿਆਰ ਰੱਖੇ ਗਏ ਨੇ ਤੇ ਇਹ ਜੋ ਹਥਿਆਰ ਹੈ ਉਹ ਲਾਇਸੈਂਸੀ ਹਥਿਆਰ ਨੇ ਇਹ ਕਹਿਣਾ ਹੈ ਇਹਨਾਂ ਦਾ ਯੂਥ ਕਾਂਗਰਸ ਦੇ ਵਰਕਰ ਹੱਥਾਂ 'ਚ ਹਥਿਆਰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਅੰਗਦ ਦੱਤਾ ਜੋ ਕਿ ਵਰਕਰ ਨੇ ਇਸ ਬਾਰੇ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਲਾਇਸੈਂਸੀ ਹਥਿਆਰ ਹੈ ਤੇ ਪਰਸਨਲ ਸਿਕਿਉਰਿਟੀ ਲਈ ਇਹ ਰੱਖਿਆ ਗਿਆ